ਜਿਹੜੀ ਉਮਰ 'ਚ ਸ਼ਖਸ ਘਰ ਬੈਠਣ ਨੂੰ ਮਜਬੂਰ ਹੋ ਜਾਂਦਾ ਹੈ, ਉਸ ਉਮਰ 'ਚ ਸਰਦਾਰ ਹਵਾ ਨਾਲ ਗੱਲਾਂ ਕਰਦਾ ਹੈ। 66 ਸਾਲ ਦੇ ਬਲਵੰਤ ਸਿੰਘ ਹਰ ਰੋਜ਼ ਆਪਣੇ ਘੋੜੇ ਨਾਲ ਦੌੜ ਲਗਾਉਂਦੇ ਨੇ। ਮੇਰੀ ਜੀ ਮੈਨੂੰ 67ਵਾਂ ਸਾਲ ਲੱਗਾ ਹੈ। ਖੁਰਾਕ ਜੀ ਸਮਝ ਲਓ ਵੀ ਘੋੜਿਆਂ ਦੀ ਖੁਰਾਕ ਹੀ ਮੈਂ ਖਾਂਦਾ ਜੀ। ਘੋੜਾ ਘੋੜੇ ਵੀ ਛੋਲੇ ਚੱਪਦਾ ਤੇ ਮੈਂ ਵੀ ਛੋਲੇ ਹੀ ਚੱਪਦਾ ਜੀ। ਪਾਈਆ ਡੇਢ ਪਾਈਆ ਘਿਓ ਮੈਂ ਦੂਜੇ ਦਿਨ ਰਗੜ ਦੇਣਾ ਹਾਲੇ। ਬਟਾਲਾ ਦੇ ਰਹਿਣ ਵਾਲੇ ਬਲਵੰਤ ਨੂੰ ਉਸ ਦੇ ਪਿੰਡ ਦੇ ਲੋਕ ਬਲਵੰਤ ਘੋੜਾ ਬੁਲਾਉਂਦੇ ਨੇ। ਬਲਵੰਤ ਨੇ ਆਪਣੇ ਘੋੜੇ ਅਤੇ ਕੁੱਤਿਆਂ ਨੂੰ ਇਸ ਢੰਗ ਨਾਲ ਟ੍ਰੇਨ ਕੀਤਾ ਹੈ ਕਿ ਉਹ ਬਲਵੰਤ ਦੇ ਨਾਲ ਨਾਲ ਦੌੜਦੇ ਨੇ। ਬਲਵੰਤ ਦੀ ਰਫਤਾਰ ਇੰਨੀ ਕੁ ਤੇਜ਼ ਹੈ ਕਿ ਉਹ ਬਟਾਲਾ ਤੋਂ ਗੁਰਦਾਸਪੁਰ ਮਹਿਜ਼ 1.5 ਘੰਟੇ 'ਚ ਪਹੁੰਚ ਜਾਂਦੇ ਨੇ। 1.5 ਘੰਟੇ 'ਚ 31 ਕਿਲੋਮੀਟਰ ਦੀ ਦੂਰੀ ਤੈਅ ਕਰਨਾ, ਉਹ ਵੀ ਦੌੜ ਕੇ, ਵਾਕਈ ਹੈਰਾਨੀ ਦੀ ਗੱਲ ਹੈ। ਕੋਈ ਆਮ ਬੰਦਾ ਤਾਂ ਸੋਚ ਕੇ ਹੀ ਘਬਰਾ ਜਾਂਦਾ। ਬਲਵੰਤ ਨੂੰ ਬਚਪਨ ਤੋਂ ਹੀ ਦੌੜਨ ਦਾ ਬਹੁਤ ਸ਼ੌਂਕ ਸੀ। 18 ਸਾਲ ਦੀ ਉਮਰ 'ਚ ਉਹਨਾਂ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਪਰ ਜਲਦ ਹੀ ਛੱਡ ਦਿੱਤੀ। ਇਹ ਜੀ ਬਚਪਨ ਤੋਂ ਹੀ ਅਸੀਂ ਕਬੱਡੀ ਖੇਡਦੇ ਰਹੇ, ਮਾੜੀ ਮੋਟੀ ਕਬੱਡੀ ਖੇਡਣੀ ਖੇਡੀ ਤੇ ਉਦੋਂ ਸਾਨੂੰ ਦਿੰਦੇ ਕਿ ਰੁਪਈਆ ਜਾਂ ਧੇਲੀ ਦਿੰਦੇ ਸੀ, ਜਾਂ ਵੱਧ ਤੋਂ ਵੱਧ 2 ਰੁਪਈਏ। ਇਹ 15-20 ਸਾਲ ਖੇਡੀ ਹੈ, ਦੌੜ ਦਾ ਪ੍ਰੋਗਰਾਮ ਹੈ। ਇਸ ਤੋਂ ਬਾਅਦ ਉਹਨਾਂ ਨੇ ਅਟਾਰੀ ਸਰਹੱਦ ਤੇ ਹੋਈ BSF ਦੀ ਦੌੜ 'ਚ ਹਿੱਸਾ ਲਿਆ ਅਤੇ ਪਹਿਲਾ ਥਾਂ ਹਾਸਲ ਕੀਤਾ। ਇਨਾਮ ਵਜੋਂ ਉਹਨਾਂ ਨੂੰ 5100 ਰੁਪਏ ਮਿਲੇ ਸਨ। ਅਟਾਰੀ ਬਾਰਡਰ ਮੈਂ ਫਸਟ ਆਇਆ, ਮੈਂ ਜਿੱਥੇ ਗਿਆ ਮੈਂ ਫਸਟ ਹੀ ਆਇਆ ਜੀ। ਇਸ ਤੋਂ ਬਾਅਦ ਤਾਂ ਬਲਵੰਤ ਨੇ ਕਦੇ ਮੁੜ ਕੇ ਪਿੱਛੇ ਨਹੀਂ ਦੇਖਿਆ। ਮੁੰਬਈ, ਲਖਨਊ, ਇਲਾਹਾਬਾਦ, ਚੰਡੀਗੜ੍ਹ ਅਤੇ ਅੰਮ੍ਰਿਤਸਰ ਵਰਗੀਆਂ ਕਈ ਥਾਵਾਂ ਤੇ ਹੋਏ ਦੌੜ ਮੁਕਾਬਲਿਆਂ 'ਚ ਬਲਵੰਤ ਨੇ ਹਿੱਸਾ ਲਿਆ ਅਤੇ 100 ਤੋਂ ਜ਼ਿਆਦਾ ਮੈਡਲ ਤੇ ਟਰਾਫੀਆਂ ਆਪਣੇ ਨਾਂ ਕੀਤੀਆਂ। ਸਭ ਤੋਂ ਮੈਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਰੇਸ ਲਾਈ ਤੇ ਉਦੋਂ ਬਾਅਦ ਚੰਡੀਗੜ੍ਹ, ਇਲਾਹਾਬਾਦ, ਬੰਬੇ ਵੀ ਭੱਜੀ ਆ, ਦਿੱਲੀ ਵੀ ਭੱਜ ਕੇ ਆਇਆ ਵਾਂ ਆ। ਹੋਰ ਮੈਨੂੰ ਸ਼ਹਿਰਾਂ ਦਾ ਨਾਂ ਨਹੀਂ ਆਉਂਦਾ, ਮੈਂ ਬਹੁਤ ਥਾਂ ਭੱਜਿਆ। ਮੈਂ ਮੇਰੇ ਹਿਸਾਬ ਨਾਲ ਮੈਂ 80-90 ਮੈਡਲ ਜਿਹੜੇ ਨਾ ਉਹ ਲੈ ਲਏ ਹੁਣ ਸੀ, ਤਾਂ 100 ਹੀ ਹੋਣਾ ਵਾ, ਲੋਕੀ ਲੈ ਲੂ ਜਾਂਦੇ ਆ, ਕੋਈ ਸੱਜਣ ਮੈਨੂੰ ਆਉਂਦਾ ਵੀ ਮੈਨੂੰ ਦੇ। 66 ਸਾਲ ਦੀ ਉਮਰ 'ਚ ਬਲਵੰਤ ਜਿਸ ਜੋਸ਼ ਨਾਲ ਦੌੜਦੇ ਨੇ ਉਹ ਦੂਜਿਆਂ ਦੇ ਲਈ ਪ੍ਰੇਰਣਾ ਹੈ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।